वाहिगुरु जी का खालसा वाहिगुरु जी की फतेह जी। तो अज सच्चे पातशाह की मेहर नाल गुरु महाराज की कृपा नाल अज असीं पहली बारी आपदे संस्था के उत्ते बाहर टीवी ला के LCD सारे वीरां नूं साडे विहड़े वक्त के मारे साडे कोल रहिंदे आ वीर, तो उन्हां नूं अज गुरु महाराज के जाने के दर्शन करवाए आ। महाराज सच्चे पातशाह साडे गुरु गोबिंद सिंह जी के लाडलियां जिहड़े बच्चे साहिबजादे चार साहिबजादे उन्होंने जिहड़ी मूवी बनी है उन्होंने चार साहिबजादे अज असीं उह इत्थे दिखाई है जी, सारे वीरां ने देखी आ। ते उह देखण तों बाद लंगर छक रहे आ, सारे प्रशादा छका रहे आ जी। ते अज मेरे वीर दा इक सब तों वड्डी गल सी जिहड़ी साडे वीरेंद्र गड़े वाला मेरा भरा जी छोटा, ते इहदा जन्मदिन भी सीगा जी। ते असीं सारी बेनती भी करदे आ वीरां भैणां नूं वी इहनूं ਇਹਦੇ ਵਾਸਤੇ ਅਰਦਾਸ ਕਰੋ ਜੀ, ਆ ਜ਼ਿੰਦਗੀ ਇੱਦਾਂ ਹੀ ਸੇਵਾ ਕਰਦਾ ਰਹੇ। ਅਤੇ ਜੋ ਇਹਨੇ ਡਿਸੀਜਨ ਲਿਆ ਵਾ 1 ਤਰੀਕ ਤੋਂ ਵੀ ਮੈਂ ਸਰਦਾਰੀ ਕਾਇਮ ਕਰੂੰਗਾ ਜੀ ਆਪਦੇ ਪਰਿਵਾਰ ਵਾਂਗੂ, ਅਤੇ ਪੱਗ ਬੰਨਣੀ ਸ਼ੁਰੂ ਕਰ ਸਟਾਰਟ ਕਰਨ ਲੱਗਿਆ ਜੀ ਵੀਰ ਮੇਰਾ। ਅਤੇ ਸਾਰੇ ਵੀਰ ਇਸ ਗੱਲ ਦੇ ਵਿੱਚ ਸਾਡੇ ਲਈ ਅਰਦਾਸ ਕਰੋ ਵੀ ਇਹ ਇਸ ਚੀਜ਼ ਦੇ ਵਿੱਚ ਖੜ ਸਕੇ, ਕਰ ਸਕੇ ਇਹਨੂੰ ਪੂਰਾ ਜੀ ਆਪਦੇ ਕੀਤੇ ਹੋਏ ਵਾਅਦੇ ਨੂੰ। ਅਤੇ ਅਸੀਂ ਅੱਜ ਇਹਨਾਂ ਦਾ ਕੇਕ ਵੀ ਕੱਟ ਕੇ ਹਟੇ ਹਾਂ, ਅਤੇ ਅੱਜ ਇੱਥੇ ਪ੍ਰਸ਼ਾਦੇ ਦਾ ਵੀ ਵਧੀਆ ਤਰੀਕੇ ਨਾਲ ਅਸੀਂ ਅੱਜ ਪ੍ਰਬੰਧ ਕੀਤਾ ਗੁਰੂ ਮਹਾਰਾਜ ਦੀ ਅੱਜ ਕਿਰਪਾ ਦੇ ਨਾਲ, ਅਸੀਂ ਚਾਰ ਸਾਹਿਬਜ਼ਾਦੇ ਮੂਵੀ ਵੀ ਦਿਖਾਈ ਆ ਜੀ। ਅਤੇ ਸਾਡੇ ਪਰਿਵਾਰਕ ਮੈਂਬਰ ਵੀ ਆਏ ਹੋਏ ਆ ਸਾਰੇ ਇੱਧਰ ਅੱਜ ਬੈਠੇ ਆ, ਜਿਵੇਂ ਬੱਚੇ ਆਏ ਹੋਏ ਆ ਜੀ ਘਰੋਂ। ਅਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਅਸੀਂ ਮਨਾ ਕੇ ਹਟੇ ਜੀ ਜਨਮਦਿਨ, ਅਤੇ ਅੱਜ ਇੱਕ ਸਭ ਤੋਂ ਖੁਸ਼ੀ ਵਾਲੀ ਗੱਲ ਆ ਮੂਵੀ ਦਿਖਾਈ ਆ ਜੀ ਚਾਰ ਸਾਹਿਬਜ਼ਾਦੇ। ਅਤੇ ਸਾਡਾ ਨੰਬਰ ਜਿਵੇਂ ਸਾਰੇ ਵੀਰ ਅਤੇ ਭੈਣ ਜਾਣਦੇ ਹੀ ਆ ਜੀ, 97803000071 ਨੰਬਰ ਆ ਜੀ। ਜੇ ਕਿਸੇ ਵੀਰ ਨੇ ਸਾਡੇ ਨਾਲ ਕੋਈ ਸੰਪਰਕ ਕਰਨਾ ਹੋਵੇ, ਮਨੁੱਖਤਾ ਦੀ ਸੇਵਾ ਲਈ ਚੱਕਿਆ ਹੋਇਆ ਛੋਟਾ ਜਿਹਾ ਕਦਮ ਆ ਜਿਹੜਾ ਸਾਡਾ, ਉਹ ਗੁਰੂ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ ਵੀਰ ਅਸੀਂ ਇੱਦਾਂ ਹੀ ਸਫਲ ਹੁੰਦੇ ਰਹੀਏ ਉਹਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।